ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਬਾਰੇ ਦਾਵਾ ਕੀਤਾ ਜਾ ਰਿਹਾ ਹੈ ਕੇਸ ਦੇ ਵਿੱਚ ਜਿਸ ਵਿਅਕਤੀ ਦੀ ਗ੍ਰਿਫਤਾਰੀ ਹੋ ਰਹੀ ਹੈ ਉਹ ਪੰਜਾਬੀ ਗਾਇਕ ਕੇਐਸ ਮੱਖਣ ਹੈ ਤੇ ਇਸ ਦੇ ਬਾਰੇ ਵੱਖ-ਵੱਖਰੀਆਂ ਸਾਈਟਸ ਦੇ ਉੱਤੇ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਸਰੀ ਦੀ ਪੁਲਿਸ ਵੱਲੋਂ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਪਰ ਨਹੀਂ ਤੁਹਾਨੂੰ ਦੱਸ ਦਈਏ ਕਿ ਇਹ ਐਬਸਵਰਡ ਪੁਲਿਸ ਵੱਲੋਂ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਜੋ ਹਥਕੜੀਆਂ ਲਗਾਈਆਂ ਜਾ ਰਹੀਆਂ ਨੇ ਉਹ ਐਬਸਵਰਡ ਪੁਲਿਸ ਦਾ ਅਧਿਕਾਰੀ ਹੈ ਜੋ ਹਥਕੜੀਆਂ ਲਗਾ ਰਿਹਾ ਹੈ ਤੇ ਐਬਸਵਰਡ ਸਰੀ ਤੋਂ 40 ਕਿਲੋਮੀਟਰ ਦੀ ਦੂਰੀ ਦੇ ਉੱਤੇ ਇੱਕ ਸ਼ਹਿਰ ਹੈ ਜਿੱਥੋਂ ਦੀ ਲੋਕਲ ਪੁਲਿਸ ਹੈ ਤੇ ਉਹ ਇਹ ਗ੍ਰਿਫਤਾਰੀ ਕਰ ਰਹੇ ਨੇ ਆਖਿਰ ਇਹ ਵੀਡੀਓ ਕਦੋਂ ਦੀ ਹੈ ਤੇ ਗ੍ਰਿਫਤਾਰੀ ਕਦੋਂ ਕੀਤੀ ਗਈ ਹੈ ਤੇ ਕਿੱਥੇ ਕੀਤੀ ਗਈ ਹੈ ਇਸ ਦੇ ਬਾਰੇ ਅਧਿਕਾਰਤ ਤੌਰ ਦੇ ਉੱਤੇ ਹਜੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਪੀਐਨਸੀਐਨ ਦੀ ਟੀਮ ਵੱਲੋਂ ਐਬਸਫੋਰਡ ਪੁਲਿਸ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਜਦੋਂ ਹੀ ਇਸ ਦੇ ਉੱਤੇ ਅਧਿਕਾਰਤ ਤੌਰ ਦੇ ਉੱਤੇ ਕੋਈ ਹੋਰ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਸੌਂਦ ਦਸਾਂਗੇ